ਹੋਰ ਕਿਸੇ ਵੱਲ ਨਹੀਂ ਤੱਕਦੇ ਜਿਨ ਯਾਰ ਦਾ ਚਿਹਰਾ ਤੱਕੇ ਆਏ ਉਹ ਹੋਰ ਕਿਸੇ ਵੱਲ ਨਹੀਂ ਤੱਕਦੇ ਜਿਨ੍ਹਾਂ ਯਾਰ ਦਾ ਚਿਹਰਾ ਤੱਕਿਆ ਨੈਣਾ ਦੀ ਮਸਤੀ ਸਰਕਾਰ ਦਾ ਚਿਹਰਾ ਤੱਕਿਆ ਨੈਣਾ ਦੀ ਮਸਤੀ ਵੇਖੀਏ ਸਰਕਾਰ ਦਾ ਚਿਹਰਾ ਤੱਕਿਆ ਨੈਣਾ ਦੀ ਮਸਤੀ ਵੇਖੀਏ ਅਬੂ ਬਕਰ ਉਮਰ ਉਸਮਾਨ ਅਲੀ ਅਬੂ ਬਕਰ ਉਮਰ ਉਸਮਾਨ ਅਲੀ ਯਾਰਾਂ ਦੀਆਂ ਉੱਚੀਆਂ ਸ਼ਾਨਾਂ ਨੇ ਜਿਨ੍ਹਾਂ ਸਾਰੀ ਜ਼ਿੰਦਗੀ ਰਜ ਰਜ ਕੇ ਜਿਨ੍ਹਾਂ ਸਾਰੀ ਜ਼ਿੰਦਗੀ ਰਜ ਰਜ ਕੇ ਗਮ ਖਾਰ ਦਾ ਚਿਹਰਾ ਤੱਕਿਆ ਏ ਜਿਨ੍ਹਾਂ ਸਾਰੀ ਜ਼ਿੰਦਗੀ ਰਜ ਰਜ ਕੇ ਗਮ ਜਿਨ੍ਹਾਂ ਸਾਰੀ ਜ਼ਿੰਦਗੀ ਰਾਜ ਰਾਜ ਕੇ ਚਿਹਰਾ ਤੱਕਿਆ ਔਰ ਵਾਹ ਕਿਸਮਤ ਪਾਕ ਹਲੀਮਾ ਦੀ ਵਾਹ ਕਿਸਮਤ ਪਾਕ ਹਲੀਮਾ ਦੀ ਹਲੀਮਾ ਨੂੰ ਨਿਸਬਤ ਮਿਲੀ ਹੈ ਸਰਕਾਰ ਨੂੰ ਖਿਡਾਉਣ ਦੀ। ਅੱਛਾ, ਜਿਹਨੇ ਸਰਕਾਰ ਨੂੰ ਗੋਦ ਵਿੱਚ ਖਿਡਾਇਆ ਉਹਦੀ ਕੋਈ ਮਿਸਲ ਨਹੀਂ, ਅਤੇ ਜਿਹਨਾਂ ਮੋਢਿਆਂ 'ਤੇ ਚੁੱਕੇ ਗਾਰ 'ਚ ਖੜਿਆ ਉਹਨਾਂ ਦੀ ਕੋਈ ਮਿਸਲ ਹੈ, ਅਤੇ ਜਿਹਨਾਂ ਨੇ ਮੋਢਿਆਂ 'ਤੇ ਚੜ੍ਹ ਕੇ ਕਾਬੇ 'ਚ ਬੁੱਧ ਤਰੋੜੇ ਨੇ ਉਹਨਾਂ ਦੀ ਕੋਈ ਮਿਸਲ ਹੈ, ਅਤੇ ਜਿਹੜੇ ਮੋਢੇ 'ਤੇ ਵੀ ਚੜ੍ਹੇ ਨੇ ਅਤੇ ਹੱਥਾਂ ਵਿੱਚ ਵੀ ਖੇਡੇ ਨੇ ਉਹਨਾਂ ਦੀ ਕੋਈ ਮਿਸਲ ਹੋ ਸਕਦੀ ਹੈ? ਵਾਹ ਕਿਸਮਤ ਪਾਕ ਹਲੀਮਾ ਦੀ ਸੁਬਹਾਨ ਅੱਲਾ ਜਿਹਨੇ ਲੈ ਕੇ ਗੋਦੀ ਵਿੱਚ ਸੋਹਣੇ ਜਿਹਨੇ ਲੈ ਕੇ ਗੋਦੀ ਵਿੱਚ ਸੋਹਣੇ ਮਲਠਾਰ ਦਾ ਚਿਹਰਾ ਤੱਕਿਆ ਜਿਹਨੇ ਲੈ ਕੇ ਗੋਦੀ ਸੋਹਣੇ ਮਲਠਾਰ ਦਾ ਚਿਹਰਾ ਤੱਕਿਆ ਜਿਹਨੇ ਲੈ ਕੇ ਗੋਦੀ ਵਿੱਚ ਸੋਹਣੇ ਮਲਠਾਰ ਦਾ ਚਿਹਰਾ ਤੱਕਿਆ ਜਿਹਨੇ ਲੈ ਕੇ ਗੋਦੀ ਵਿੱਚ ਸੋਹਣੇ ਚਿਹਰਾ ਤੱਕਿਆ। ਔਰ ਆਖਰੀ ਸ਼ੇਰ
ਬਖਸ਼ਿਸ਼ ਦੀਆਂ ਚਿੱਠੀਆਂ ਜਦ ਮਿਲੀਆਂ ਬਖਸ਼ਿਸ਼ ਦੀਆਂ ਚਿੱਠੀਆਂ ਜਦ ਮਿਲੀਆਂ ਮਦਨੀ ਦੇ ਮੰਗਤੇ ਇੰਜ ਬੋਲੇ ਮਦਨੀ ਦੇ ਮੰਗਤੇ ਇੰਜ ਬੋਲੇ ਮਦਨੀ ਦੇ ਮੰਗਤੇ ਇੰਜ ਬੋਲੇ ਸਰਕਾਰ ਦੇ ਇਹਨਾਂ ਗੁਲਾਮਾਂ ਨੂੰ ਜਿਸ ਵਕਤ ਬਖਸ਼ਿਸ਼ ਦਾ ਸਰਟੀਫਿਕੇਟ ਮਿਲ ਗਿਆ ਬਖਸ਼ਿਸ਼ ਦੀਆਂ ਚਿੱਠੀਆਂ ਜਦ ਮਿਲੀਆਂ ਮਦਨੀ ਦੇ ਮੰਗਤੇ ਇੰਜ ਬੋਲੇ ਕਿੰਜ ਬੋਲੇ ਕਿੰਜ ਬੋਲੇ ਪੱਟੀ ਸਾਹਿਬ ਕਿ ਰੱਬ ਸਾਡੀਆਂ ਨੇਕੀਆਂ ਨਹੀਂ ਤੱਕੀਆਂ ਰੱਬ ਸਾਡੀਆਂ ਨੇਕੀਆਂ ਨਹੀਂ ਤੱਕੀਆਂ ਰੱਬ ਸਾਡੀਆਂ ਨੇਕੀਆਂ ਬਸ ਨਹੀਂ ਤੱਕੀਆਂ ਰੱਬ ਸਾਡੀਆਂ ਨੇਕੀਆਂ ਨਹੀਂ ਤੱਕੀਆਂ ਰੱਬ ਸਾਡੀਆਂ ਨਹੀਂ ਤੱਕੀਆਂ ਨਹੀਂ ਤੱਕੀਆਂ ਰੱਬ ਸਾਡੀਆਂ ਨੇਕੀਆਂ ਨਹੀਂ ਤੱਕੀ ਤੱਕਿਆ ਦਿਲਦਾਰ ਦਾ ਚਿਹਰਾ ਤੱਕਿਆ ਏ ਰੱਬ ਸਾਡੀਆਂ ਨੇਕੀਆਂ